ਕੀ ਹੁਣ ਜੇ ਗੱਡੀ ਸਟਾਰਟ ਕਰਦੇ ਤੇ ਬਲਾਸਟ ਹੋ ਸਕਦਾ ਸੀ ਬਿਲਕੁਲ ਹੋ ਸਕਦਾ ਸੀ ਜੇ ਗੱਡੀ ਸਟਾਰਟ ਕਰ ਦਿੰਦਾ ਉਹਨੇ ਵੇਖਿਆ ਵੀ ਗੱਡੀ ਦੇ ਟਾਇਰ ਲਾਗੇ ਕੋਈ ਸਮਾਨ ਪਿਆ ਵਾ ਅਸਲ ਉਹ ਚਿਪਕਾ ਕੇ ਗਿਆ ਵਾ ਥੱਲੇ ਪਰ ਉਹ ਕਿਤੇ ਥੱਲੇ ਗਿਰ ਗਿਆ ਚਲੋ ਸਾਡੀ ਕਿਸਮਤ ਚੰਗੀ ਲਾ ਲਓ ਬਸ ਇੱਥੇ ਰਣਜੀਤ ਐਵੇਨਿਊ ਖੇਤਰ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਗੱਡੀ ਦੇ ਹੇਠ ਬੰਬ ਲਾਏ ਜਾਣ ਦੀ ਵੀਡੀਓ ਸਾਹਮਣੇ ਆ ਚੁੱਕੀ ਹੈ ਪੁਲਿਸ ਦੇ ਵੱਲੋਂ ਮੌਕੇ ਦੇ ਉੱਪਰ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਿਲੇ ਵੇਰਵਿਆਂ ਦੇ ਅਨੁਸਾਰ ਸਬ ਇੰਸਪੈਕਟਰ ਰੈਂਕ ਦੇ ਅਧਿਕਾਰੀ ਦਿਲਬਾਗ ਸਿੰਘ ਉਰਫ ਬਾਗਾ ਦੇ ਘਰ ਦੇ ਬਾਹਰ ਕਾਰ ਦੇ ਵਿੱਚ ਕਿਸੇ ਵੱਲੋਂ ਬੰਬ ਫਿੱਟ ਕੀਤੇ ਜਾਣ ਦੀ ਸੀਸੀਟੀਵੀ ਵੀਡੀਓ ਸਾਹਮਣੇ ਆ ਚੁੱਕੀ ਹੈ ਰਾਤ ਦੇ ਹਨੇਰੇ ਦੇ ਵਿੱਚ ਇਸ ਅਫਸਰ ਦੇ ਘਰ ਦੇ ਬਾਹਰ ਖੜੀ ਗੱਡੀ ਦੇ ਥੱਲੇ ਧਮਾਕਾ ਖੇਜ ਸਮੱਗਰੀ ਫਿੱਟ ਕੀਤੀ ਜਾ ਰਹੀ ਹੈ ਗੱਡੀ ਧੋਣ ਵਾਲਾ ਆਇਆ ਤੇ ਉਹਨੇ ਵੇਖਿਆ ਵੀ ਗੱਡੀ ਦੇ ਟਾਇਰ ਲਾਗੇ ਕੋਈ ਸਮਾਨ ਪਿਆ ਵਾ ਅਸਲ ਉਹ ਚਿਪਕਾ ਕੇ ਗਿਆ ਵਾ ਥੱਲੇ ਪਰ ਉਹ ਕਿਤੇ ਥੱਲੇ ਗਿਰ ਗਿਆ ਚਲੋ ਸਾਡੀ ਕਿਸਮਤ ਚੰਗੀ ਲਾ ਲਓ ਬਸ ਜੇ ਗੱਡੀ ਉਸ ਤਰ੍ਹਾਂ ਸਟਾਰਟ ਕਰਨੀ ਸੀ ਤਾਂ ਉਹਨੇ ਬਲਾਸਟ ਹੋ ਜਾਣਾ ਦਿਲਬਾਗੀ ਤੁਸੀਂ ਕੀ ਸਮਝਦੇ ਹੋ ਕਿ ਇਹ ਅੱਜ ਤੋਂ ਥੋੜੇ ਦਿਨ ਪਹਿਲਾਂ ਜਿਹੜਾ ਤਰਨਤਾਰਨ ਨੂੰ ਮਿਲਿਆ ਨਾ ਇਹ ਉਹਦੇ ਨਾਲ ਦਾ ਵਾ ਇਹ ਤਾਂ ਧਮਕੀ ਕਰ ਮਿਲ ਗਈ ਤੁਹਾਨੂੰ ਇਹ ਉਹਦੇ ਨਾਲ ਵੀਡੀਓ ਦੇ ਵਿੱਚ ਸਾਫ਼ ਸਾਫ਼ ਇਹ ਗੱਲ ਵੇਖੀ ਵੀ ਜਾ ਸਕਦੀ ਹੈ ਜਿੱਥੇ ਕਿ ਵੀਡੀਓ ਦੇ ਵਿੱਚ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਦੇ ਉੱਪਰ ਦੋ ਲੋਕ ਕਾਰ ਦੇ ਕੋਲ ਆ ਕੇ ਰੁਕਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਹੱਥ ਵਿੱਚ ਕੁਝ ਫੜੀ ਗੱਡੀ ਦੇ ਵੱਲ ਵਧਦਾ ਹੈ ਗੱਡੀ ਥੱਲੇ ਕੋਈ ਚੀਜ਼ ਰੱਖ ਕੇ ਵਾਪਸ ਪਰਤ ਆਉਂਦਾ ਹੈ ਅਤੇ ਇਸ ਤੋਂ ਬਾਅਦ ਪਤਾ ਲੱਗਾ ਹੈ ਕਿ ਇਹ ਜੋ ਚੀਜ਼ ਸੀ ਇਹ ਕੋਈ ਹੋਰ ਚੀਜ਼ ਨਹੀਂ ਬਲਕਿ ਇਹ ਬੰਬ ਹੈ ਜੀ ਹਾਂ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਬੰਬ ਇੱਥੇ ਕਿਉਂ ਅਤੇ ਕਿਸ ਦੇ ਦੁਆਰਾ ਰੱਖਿਆ ਗਿਆ ਹੈ ਦੇਖੋ ਸਾਡੀਆਂ ਜਿਹੜੀਆਂ ਇਸ ਅਗਰ ਜਿਹੜੀ ਵੀ ਚੀਜ਼ ਮਿਲੀ ਆ ਸਾਨੂੰ ਇਹ ਸਾਨੂੰ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਉਹ ਟੀਮਾਂ ਹੀ ਵੈਰੀਫਾਈ ਕਰਕੇ ਦੱਸਣਗੀਆਂ ਮੈਂ ਇਹਨਾਂ ਐਡਵਾਂਸ ਅਜੇ ਦੱਸ ਨਹੀਂ ਸਕਦਾ ਹਾਂਜੀ ਨਹੀਂ ਇੱਦਾਂ ਨਹੀਂ ਮੈਂ ਅਜੇ ਐਡਵਾਂਸ ਨਹੀਂ ਕੁਛ ਕਰਦਾ ਦੱਸਣ ਦੀ ਬਹੁਤ ਕਰ ਦੇਖੋ ਮੈਂ ਦੱਸਣਾ ਚਾਹੁੰਦਾ ਅਸੀਂ ਥੋੜੇ ਚਿਰ ਤੱਕ ਤੁਹਾਨੂੰ ਦੱਸਦੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸਾਰਾ ਵੈਰੀਫਾਈ ਕਰਕੇ ਹੀ ਦੱਸ ਸਕਦਾ ਉਹ ਵੀ ਇਸੇ ਤਰ੍ਹਾਂ ਦੇ ਨਾਲ ਕੁਝ ਦਿਖਾਈ ਦਿੰਦਾ ਸੀ ਲੱਗਦਾ ਨਹੀਂ ਉਹਦੇ ਨਾਲ ਕੋਈ ਲਿੰਕ ਹੋ ਸਕਦਾ ਦੇਖ ਰਹੇ ਸਾਰੀਆਂ ਚੀਜ਼ਾਂ ਨੂੰ ਵਾਚ ਕਰਦੇ ਜੋ ਵੀ ਹੋਊਗਾ ਤੁਹਾਡੇ ਸਾਹਮਣੇ ਸਵੇਰੇ ਜਦੋਂ ਮੈਂ 8:30 ਵਜੇ ਆਇਆ ਨਾ ਤੇ ਉਹ ਗੱਡੀ ਦੇ ਟਾਇਰ ਥੱਲੇ ਪਿਆ ਆ ਇਹ ਬੰਬ ਜੀ ਤੇ ਮੈਂ ਉਹਨਾਂ ਨੂੰ ਆਪਾਂ ਬਾਹਰ ਕੱਢਿਆ ਸਾਨੂੰ ਤਾਂ ਪਤਾ ਨਹੀਂ ਸੀ ਤੇ ਆਪਾਂ ਦੇਖਿਆ ਵੀ ਜਦੋਂ ਮੈਂ ਮੰਮੀ ਨੂੰ ਆਵਾਜ਼ ਮਾਰੀ ਤੇ ਕਹਿੰਦੇ ਸਾਹਮਣੇ ਰੱਖ ਦਿਓ ਅੱਛਾ ਕੀ ਕਿਸ ਤਰ੍ਹਾਂ ਦਾ ਲੱਗਦਾ ਸੀ ਕੀ ਹੈਗਾ ਕਿ ਕੋਈ ਗੱਲ ਨਹੀਂ ਦੱਸੋ ਕਿਸ ਤਰ੍ਹਾਂ ਦਾ ਹੈਗਾ ਸੀ ਕੋਈ ਥੋੜੀ ਗੱਲ ਕਿਸ ਤਰ੍ਹਾਂ ਦੀ ਚੀਜ਼ ਹੈਗੀ ਸੀ ਉਹ ਕਵਰ ਹੋਇਆ ਪਿਆ ਸੀ ਸਾਰਾ ਕਵਰ ਸੀ ਹੈਂਡ ਗ੍ਰੇਨੇਡ ਸੀ ਜਾਂ ਕੋਈ ਸੈੱਲ ਸੀ ਸਾਨੂੰ ਨਾਮ ਕੀ ਤੁਹਾਡਾ ਮਲਕੇਸ਼